ਸਤਿਗੁਰੂ ਜੀ ਸਾਜੀ ਨਿਵਾਜੀ ਸਤਸੰਗਤ ਬੜੇ ਪਿਆਰ ਦੇ ਨਾਲ ਆਪ ਜੀ ਸੁਣਦੇ ਜੇ ਕਿ ਅਕਾਲ ਤਖਤ ਸਾਹਿਬ ਕਿਵੇਂ ਠੱਠਾ ਸੱਤਵਾਂ ਭਾਗ ਆਪ ਜੀ ਦੇ ਪਾਸ ਪਹੁੰਚ ਚੁੱਕਾ ਹੈ ਅਤੇ ਹੁਣ ਅੱਠਵਾਂ ਭਾਗ ਜੋ ਇਸ ਬਾਹਮਣ ਲਾਣੀ ਨੇ ਸਿੱਖਾਂ ਦੇ ਨਾਲ ਪੰਜ ਸਦੀਆਂ ਦਾ ਵੈਰ ਲਿਆ ਅੱਠਵਾਂ ਭਾਗ ਆਪ ਜੀ ਦੇ ਕੋਲ ਪਹੁੰਚਾਉਣ ਲੱਗੇ ਹਾਂ। ਲਿਖਤ ਹੈ ਜਗਦੀਪ ਸਿੰਘ ਫਰੀਦਕੋਟ ਦੀ ਅਤੇ ਆਵਾਜ਼ ਹੈ ਸ਼੍ਰੋਮਣੀ ਕਮਿਸ਼ਨ ਨਿਸ਼ਾਨ ਸਿੰਘ ਝਬਾਲ ਦੀ। ਪਿਛਲੇ ਭਾਗ ਸੁਣਨ ਵਾਸਤੇ ਨਿਸ਼ਾਨ ਟੀ ਵੀ ਚੈਨਲ ਸਬਸਕ੍ਰਾਈਬ ਕਰੋ ਔਰ ਬੈੱਲ ਲਾਈਕ ਵੀ ਕਰ ਲਿਓ ਤਾਂ ਕਿ ਅਗਲਾ ਭਾਗ ਤੁਹਾਡੇ ਤੱਕ ਪਹੁੰਚ ਸਕੇ। ਆਓ ਹੁਣ ਪਿਆਰ ਦੇ ਨਾਲ ਅੱਠਵਾਂ ਭਾਗ ਸਰਗਨ ਕਰੋ। ਅਜਮੇਰ ਸਿੰਘ ਦੀਆਂ ਅੱਖਾਂ ਅੱਗੇ ਸਾਰੇ ਦ੍ਰਿਸ਼ ਇੱਕ ਇੱਕ ਕਰਕੇ ਘੁੰਮ ਰਹੇ ਸੀ। ਸੈਂਕੜੇ ਸਾਲਾਂ ਤੋਂ ਘੁੱਕ ਵੱਸਦੇ ਪੰਜਾਬ ਦੇ ਹਾਕਮਾਂ ਦੁਆਰਾ ਕੀਤੇ ਦੋ ਟੁਕੜੇ ਉਸਨੂੰ ਆਪਣੇ ਦਿਲ ਦੇ ਕੀਤੇ ਟੁਕੜਿਆਂ ਵਾਂਗ ਜਪਦੇ ਸਨ। ਭਰਾਵਾਂ ਨਾਲ ਭਰਾਵਾਂ ਦੇ ਵਿਛੋੜੇ ਪਵਾ ਦਿੱਤੇ ਸਨ ਇਸ ਚੰਦਰੀ ਆਜ਼ਾਦੀ ਨੇ। ਕੈਸੀ ਆਜ਼ਾਦੀ ਦਾ ਕੀ ਫਾਇਦਾ ਜਦੋਂ ਨੂੰਹਾਂ ਨਾਲੋਂ ਮਾਸ ਹੀ ਵੱਖ ਕਰ ਦਿੱਤਾ ਗਿਆ। ਦਿੱਲੀ ਦੀਆਂ ਰੰਗੀਨ ਕੋਠੀਆਂ ਵਿੱਚ ਬੈਠੇ ਸਰਮਾਏਦਾਰਾਂ ਨੂੰ ਕੀ ਪਤਾ ਸੀ ਕਿ ਭਰਾਵਾਂ ਦੇ ਵਿਛੋੜੇ ਦੀ ਪੀਰ ਦਾ ਉਹਨਾਂ ਲਈ ਤਾਂ ਸਿਰਫ ਲਾਲ ਕਿਲੇ 'ਤੇ ਤਿਰੰਗਾ ਲੜਾ ਦੇਣਾ ਹੀ ਆਜ਼ਾਦੀ ਸੀ। ਪਰ ਆਜ਼ਾਦੀ ਆਉਣ ਦੀ ਅਸਲੀ ਪੀੜ ਤਾਂ ਪੰਜਾਬ ਅਤੇ ਇੱਥੋਂ ਦੇ ਵਾਸੀਆਂ ਨੇ ਝੱਲੀ। ਆਜ਼ਾਦੀ ਦੀ ਕੀਮਤ ਤਾਂ ਪੰਜਾਬੀਆਂ ਨੇ ਤਾੜੀ ਆਪਣੀਆਂ ਲੱਖਾਂ ਜਾਨਾਂ ਦੇ ਕੇ। ਜੀ ਆਇਆਂ ਆਜ਼ਾਦੀਆਂ ਆਜ਼ਾਦੀਏ ਕਹਾਂ ਤੈਨੂੰ, ਸੀਨਾ ਪਾਟ ਜਾਂਦੇ ਵੇਖ ਤਸਵੀਰ ਤੇਰੀ, ਲੱਖਾਂ ਪੁੱਤ ਮੜਵਾ ਕੇ ਮਾਵਾਂ ਦੇ ਵੀ ਹੱਥ ਆਈ ਹੋਈ ਪਾਟੀ ਚੁੰਨੀ ਦੀ ਲੀਰ ਤੇਰੀ। ਅਜਮੇਰ ਸਿੰਘ ਨੂੰ ਇਲਮ ਦੀਨ ਦੀ ਯਾਦ ਆ ਰਹੀ ਸੀ। ਇਲਮ ਦੀਨ ਵੀ ਉਹਨਾਂ ਨੂੰ ਭਾਗਿਆਂ ਵਿੱਚੋਂ ਇੱਕ ਸੀ ਜਿਹੜਾ ਆਜ਼ਾਦੀ ਦੀ ਪਿੱਛੋਂ ਵੰਡ ਦੀ ਭੇਟਾ ਚੜ੍ਹ ਗਿਆ। ਭੜੇ ਹੜੇ ਪਰਿਵਾਰ ਵਿੱਚੋਂ ਇੱਕ ਵੀ ਜੀ ਨਹੀਂ ਸੀ ਬਚਿਆ ਇਲਮਦੀਨ ਦਾ। ਇਲਮਦੀਨ ਅਤੇ ਅਜਮੇਰ ਸਿੰਘ ਹਾਣੇ ਸੀ, ਗਵਾਂਢੀ ਹੋਣ ਕਰਕੇ ਆਪਸ ਵਿੱਚ ਬਹੁਤ ਹੀ ਮੋਹ ਸੀ। ਇੱਕ ਦੂਜੇ ਦੇ ਹਰੇਕ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ, ਸਾਹੋ ਸਾਈ ਲੈਂਦੇ। ਵੰਡ ਤੋਂ ਕਈ ਮਹੀਨੇ ਪਹਿਲਾਂ ਜਦੋਂ ਪਾਕਿਸਤਾਨ ਬਣਦੀਆਂ ਅਫਵਾਹਾਂ ਪੂਰੇ ਜ਼ੋਰ 'ਤੇ ਸੀ ਤਾਂ ਇੱਕ ਦਿਨ ਅਜਮੇਰ ਸਿੰਘ ਤੋਂ ਇਲਮਦੀਨ ਦੇ ਖੇਤ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸੀ। ਯਾਰ ਅਜਮੇਰ ਸੁਣਿਆ ਹੀ ਕਿ ਗੋੜਿਆਂ ਦੇ ਜਾਣ ਪਿੱਛੋਂ ਪਾਕਿਸਤਾਨ ਬਣੂੰਗਾ, ਯਾਰ ਕੀ ਲੋਕ ਆਪੋ ਵਿੱਚ ਹੀ ਵੰਡੇ ਜਾਣਗੇ, ਜੇ ਇੱਦਾਂ ਹੋ ਗਿਆ ਤਾਂ ਯਾਰ ਬਹੁਤ ਹੀ ਮਾੜਾ ਹੋਊਗਾ। ਸਭ ਲੀਡਰਾਂ ਦੀਆਂ ਖੇਡਾਂ ਇਲਮਦੀਨਾਂ ਨੂੰ ਵੇਖ ਲਈ, ਇਹਨਾਂ ਕੁਰਸੀ ਦੀ ਭੁੱਖ ਜ਼ਰੂਰ ਕੋਈ ਨਾ ਕੋਈ ਨਵਾਂ ਪਵਾੜਾ ਖੜਾ ਕਰੂ। ਇੱਕ ਆ ਨਵਾਂ ਹੀ ਉੱਠਿਆ ਨਹਿਰੂ, ਇਹਨੂੰ ਮੇਰੇ ਨੇ ਬਾਹਲੀ ਅੱਤ ਕੜਾਈ ਪਈ ਆ, ਇਹਨੇ ਬਾਹਲੀ ਅੱਤ ਚੁੱਕੀ ਪਈ ਪਤੰਦਰ ਨੇ। ਵੇਖ ਲਾ ਜਾੜ, ਇਹਦਾ ਪਹਿਲੋਂ ਕਿਤੇ ਨਾਮ ਹੀ ਨਹੀਂ ਸੀ ਸੁਣਿਆ, ਨਾ ਕਿਸੇ ਲਹਿਰ ਵਿੱਚ ਨਾ ਕਿਸੇ ਸੰਘਰਸ਼ ਵਿੱਚ, ਅਤੇ ਹੁਣ ਪਤਾ ਨਹੀਂ ਕਿਹੜੀ ਖੁੱਡੋ ਵਿੱਚੋਂ ਨਿਕਲ ਕੇ ਆ ਗਿਆ। ਮਰਦੀ ਮਰ ਕੇ ਭਗਤ ਸਿੰਘ ਹੋੜੀ, ਅਤੇ ਜਦੋਂ ਕੁਰਸੀ 'ਤੇ ਬੈਠਣ ਦਾ ਵੇਲਾ ਆ ਗਿਆ ਨਾ, ਪ੍ਰਗਟ ਹੋ ਗਏ ਧੋਤੀਆਂ ਟੋਪੀਆਂ ਵਾਲੇ। ਇਲਮਦੀਨ ਨੇ ਨਹਿਰੂ ਉੜਾਈ ਸਾੜੇ ਬ੍ਰਾਹਮਣ ਕੌਮ ਨੂੰ ਅਤੇ ਗੁੱਸਾ ਕੱਢਿਆ ਸੀ। ਉਹ ਮੜੇ ਕਾਨੂੰ ਏ ਮੜਵਾਏ ਨੇ ਭਗਤ ਸਿੰਘ ਹੋੜੀ ਇਹਨਾਂ ਨੇ। ਪਤਾ ਸੀ ਬਈ ਅੰਗਰੇਜ਼ਾਂ ਦੇ ਜਾਣ ਪਿੱਛੋਂ ਇਹਨਾਂ ਸਾਡੇ ਬੁਥਾਲੇ ਭੰਨਣਗੇ। ਮੈਨੂੰ ਤਾਂ ਹੋਰ ਕੁਝ ਪਤਾ ਨਹੀਂ ਲਮਦੀਨਾ, ਪਰ ਇਹ ਗੰਗੂ ਦੀ ਔਲਾਦ ਪੰਜਾਬ ਦੇ ਨਾਲ ਜ਼ਰੂਰ ਧਰੋਹ ਕਮਾਊਗੀ। ਇਹ ਗੰਗੂ ਦੀ ਔਲਾਦ ਨੇ ਅੱਗੇ ਵੀ ਕਈ ਵਾਰ ਪੰਜਾਬ ਦੇ ਨਾਲ ਧਰੋਹ ਕਮਾਇਆ ਏ। ਅਜਮੇਰ ਨੇ ਨਹਿਰੂ ਦੀ ਵੰਸ਼ ਬਾਰੇ ਸੁਣਿਆ ਸੀ ਕਿ ਉਹ ਕਿਵੇਂ ਇਹਨਾਂ ਦਾ ਪਰਿਵਾਰ ਗੰਗੂ ਦੇ ਮਾਰੇ ਜਾਣ ਪਿੱਛੋਂ ਕਸ਼ਮੀਰ ਚਲ ਗਿਆ ਸੀ, ਅਤੇ ਜਦੋਂ ਮੁਗਲਾਂ ਨੂੰ ਪਤਾ ਲੱਗਾ ਇਹ ਤਾਂ ਹਕੂਮਤ ਦੇ ਵਫ਼ਾਦਾਰ ਨੇ। ਉਹਨਾਂ ਨੇ ਜਵਾਹਰ ਲਾਲ ਦੇ ਵੱਡੇ ਵਡੇਰੇ ਰਾਜ ਕੌਰ ਨੂੰ ਦਿੱਲੀ ਬੁਲਾ ਕੇ
ਨੈੜਕ ਨਾੜੇ ਇੱਕ ਕਰ ਦਿੱਤਾ। ਨੈੜਕ ਨਾੜੇ ਰਹਿੰਦੇ ਹੋਣ ਕਰਕੇ ਇਹਨਾਂ ਦੀ ਗੱਲ ਨਹਿਰੂ ਪੈ ਗਈ। ਇਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਹਕੂਮਤਾਂ ਦਾ ਵਫ਼ਾਦਾਰ ਰਿਹਾ ਹੈ, ਭਾਵੇਂ ਮੁਗਲ ਹੋਣ ਭਾਵੇਂ ਅੰਗਰੇਜ਼। ਸਿੱਖਾਂ ਦਾ ਤਾਂ ਇਹ ਮੁੱਢ ਤੋਂ ਦੁਸ਼ਮਣ ਰਹਿ ਨਹੀਂ। ਗੰਗੂ ਨੂੰ ਸਿੰਘਾਂ ਵੱਲੋਂ ਸੋਧੇ ਜਾਣ ਦਾ ਗੁੱਸਾ ਵੀ ਇਹਨਾਂ ਦੇ ਮਨ ਵਿੱਚ ਹੈ। ਇਸੇ ਲਈ ਇਹ ਪੰਜਾਬ ਦਾ ਸਿੱਧਾ ਕਹਿ ਲਓ ਕਿ ਸਿੱਖ ਇਹਨਾਂ ਦੀਆਂ ਅੱਖਾਂ ਵਿੱਚ ਵਾਲ ਵਾਂਗੂ ਰਲਕਦੇ ਨੇ। ਸੋ ਕਦੇ ਨਾ ਕਦੇ ਇਹਨਾਂ ਨੇ ਆਪਣਾ ਪੁਰਾਣਾ ਗੁੱਸਾ ਕੱਢਣਾ ਹੀ ਸੀ, ਅਤੇ ਹੁਣ ਤਾਕਤ ਇਹਨਾਂ ਦੇ ਹੱਥ ਆਈ ਹੈ। ਸਰਾੜ ਵੀ ਪੁਰਾਣੀਆਂ ਦੁਸ਼ਮਣੀਆਂ ਕੱਢਣ ਦਾ ਵੇਲਾ ਆ ਗਿਆ। ਜੜ ਕਿਤੇ ਇਹੋ ਨਾ ਹੋਵੇ ਕਿ ਸਾਲੇ ਸਾਡੇ ਢੱਠੇ ਪੰਜਾਬ ਨੂੰ ਹੀ ਵਿਚਾਲੋਂ ਪਾੜ ਦੇਣ। ਇਲਮ ਦੀਨ ਨੇ ਦਿਲ ਅੰਦਰੋਂ ਡਰ ਜਾੜ ਕੀਤਾ। ਕੁਝ ਵੀ ਹੋ ਸਕਦਾ ਇਲਮਦੀਨਾ, ਪਰਮਾਤਮਾ ਮਿਹਰ ਕਰੇ, ਪੜ੍ਹਾ ਪੜ੍ਹਾ ਨਾਲੋਂ ਵੱਖ ਨਾ ਹੋਣ। ਸਾਡੀਆਂ ਸਾਂਝਾਂ ਇਸੇ ਤਰ੍ਹਾਂ ਬਣੀਆਂ ਰਹਿਣ। ਚੱਲ ਉੱਠ ਘਰ ਨੂੰ ਚੱਲੀਏ, ਬਹੁਤ ਹਨੇਰਾ ਹੋ ਗਿਆ, ਵਾਹਿਗੁਰੂ ਭਲੀ ਕਰੇਗਾ, ਅਮੀਨ। ਇਲਮਦੀਨ ਨੇ ਦੋਵੇਂ ਹੱਥ ਉੱਪਰ ਨੂੰ ਚੁੱਕ ਕੇ ਕਿਹਾ ਅਤੇ ਆਖਰ ਉਹੀ ਭਾਣਾ ਵਾਪਰ ਗਿਆ ਜਿਸ ਦਾ ਅਜਮੇਰ ਸਿੰਘ ਅਤੇ ਇਲਮਦੀਨ ਸਮੇਤ ਲੱਖਾਂ ਪਰਿਵਾਰਾਂ ਨੂੰ ਡਰ ਸੀ। ਸਮਰਾਏਦਾਰੀਆਂ ਕੁਰਸੀਆਂ ਸਾਂਭਣ ਲਈ ਦੇਸ਼ ਦੇ ਦੋ ਟੁਕੜੇ ਕਰ ਦਿੱਤੇ। ਪੰਜਾਬ ਤਾਂ ਜਮਾਂ ਵਿਚਾਲੋਂ ਚੀਰਿਆ ਗਿਆ, ਬਸ ਫੇੜ ਕੀ ਸੀ। ਹੱਸਣ ਖੇਡਣ ਦੇ ਦਿਨ ਲੱਦੇ ਗਏ, ਸੋਗ ਚੀਕਾਂ ਰੂਣ ਧੋਣ ਦੀ ਰੁੱਤ ਆ ਗਈ। ਲੀਡਰਾਂ ਦੁਆਰਾ ਫਲਾਈਆਂ ਫਿਰਕੇ ਪੁਣੇ ਦੀ ਅੱਗ ਅਤੇ ਭਿਆਨਕ ਦੰਗਿਆਂ ਦਾ ਰੂਪ ਲੈ ਲਿਆ। ਲੱਖਾਂ ਦੀ ਤਾਦਾਦ ਵਿੱਚ ਮਨੁੱਖੀ ਜਾਨਾਂ ਦਾ ਅਵਧਾਨ ਆਜ਼ਾਦੀ ਦੀ ਪਹਿਲੀ ਪ੍ਰਾਪਤੀ ਨੇ ਕੀਤਾ। ਪੰਜਾਬ ਦੀ ਧਰਤੀ ਆਪਣੇ ਪੁੱਤਾਂ ਧੀਆਂ ਦੇ ਲਹੂ ਨਾਲ ਲਾਲੋ ਲਾਲ ਹੋ ਗਈ। ਕਿਸ ਨੇ ਪੰਜ ਪਾਣੀਆਂ ਵਿੱਚ ਦਿੱਤੀ ਜੈੜ ਮਿਲਾ ਅਤੇ ਇਹਨਾਂ ਪਾਣੀਆਂ ਧਰਤ ਨੂੰ ਫਿਰ ਦਿੱਤਾ ਪਾਣੀ ਲਾ। ਲੋਕਾਂ ਨੂੰ ਇੱਕ ਦੂਜੇ ਨਾਲ ਵਿਛੜਨ ਦੇ ਦਰਦ ਨਾਲੋਂ ਲੜ ਕੇ ਮਰ ਜਾਣ ਦਾ ਡਰ ਵੀ ਸਤਾ ਰਿਹਾ ਸੀ। ਸਦੀਆਂ ਤੋਂ ਚੱਲੀਆਂ ਆੜੀਆਂ ਇਹਨਾਂ ਸਾਂਝਾਂ ਨੂੰ ਟੁੱਟਦਿਆਂ ਵੇਖ ਕੇ ਸਾੜੀ ਕਹਿਣਾ ਹੈ ਤਰੋ ਰਹੀ ਸੀ। ਸਤਲੁਜ, ਰਾਵੀ, ਬਿਆਸ ਧਾਹਾਂ ਮਾਰ ਰਹੇ ਸਨ। ਚਨਾਬ ਅਤੇ ਜ਼ੁਲਮ ਤੋਂ ਵਿਛੜ ਕੇ ਹੁਣ ਇਹ ਧਰਤੀ ਪੰਜਾਂ ਪਾਣੀਆਂ ਦੀ ਨਹੀਂ ਸੀ ਰਹੀ। ਇਸੇ ਹੀ ਦੇ ਦਰਿਆ ਵੀ ਵੰਡੇ ਗਏ ਸੀ। ਲਾਹੌਰ ਪਰਲਾੜਿਆ ਸੀ ਅੰਮ੍ਰਿਤਸਰ ਨੂੰ ਚੇਤੇ ਕਰਕੇ। ਸਾਰੀ ਦੁਨੀਆ ਨੂੰ ਖੁਸ਼ੀਆਂ ਖੇੜੇ ਵੰਡਣ ਵਾਲਾ ਹਰਿਮੰਦਰ ਸਾਹਿਬ ਹੀ ਅਰਦਾਸ ਸੀ ਅਤੇ ਨਨਕਾਣੇ ਤੋਂ ਵਿਛੜ ਕੇ ਅਜਮੇਰ ਸ਼ਰੀਫ ਅਤੇ ਲਾਹੌਰ ਦੀ ਜਾਮਾ ਮਸਜਿਦ ਵੀ ਲਗਾਤਾਰ ਹੰਝੂ ਵਹਾ ਰਹੀਆਂ ਸੀ। ਮਨੁੱਖਤਾ ਦਾ ਐਡਾ ਵੱਡਾ ਅਜਾੜਾ ਪਹਿਲੇ ਕਦੇ ਨਾ ਕਿਸੇ ਨੇ ਵੇਖਿਆ ਨਾ ਸੁਣਿਆ। ਕੋਈ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਆਜ਼ਾਦੀ ਐਡਾ ਵੱਡਾ ਅਜਾੜਾ ਪਾਵੇਗੀ। ਫਿਰਕੂ ਦੰਗਿਆਂ ਦੀ ਭੁੱਖ ਲੱਖਾਂ ਜਾਨਾਂ ਲੈ ਕੇ ਵੀ ਨਹੀਂ ਸੀ ਬੁਝੀ। ਧੀਆਂ ਭੈਣਾਂ ਦੀਆਂ ਇੱਜ਼ਤਾਂ ਛੜੇਆਮ ਰੋਲੀਆਂ 'ਤੇ ਲੁੱਟੀਆਂ ਜਾ ਰਹੀਆਂ ਸੀ। ਰੋਂਦੀਆਂ ਕਰਲਾਉਂਦੀਆਂ ਬੀਬੀਆਂ ਉੱਚੀ ਉੱਚੀ ਲੀਡਰਾਂ ਦੇ ਸਿਆਪੇ ਕਰਦੀਆਂ ਸੀ। ਉੱਤੋਂ ਲੱਗੀਆਂ ਸੌਣ ਦੀ ਝੜੀ ਅਸੀਂ ਭੱਜ ਕਪਾਹੀ ਬੜੀਆਂ ਵਿੱਚ ਫਿਰਦੀਆਂ ਖੜੀਆਂ ਖੜੀਆਂ ਦੋਵੇਂ ਪਾਸੇ ਪੈ ਗਏ ਘੇਰੇ। ਰੋੜੋ ਦਿੰਦੀਆਂ ਬਦ ਦੁਆਵਾਂ, ਬੱਚੇ ਮਰਨ ਜਨਾਹੀਓ ਤੇਰੇ, ਬੱਚੇ ਮਰਨ ਜਨਾਹ ਤੇਰੇ, ਅਸੀਂ ਕਰਦੀਆਂ ਪਿੱਟ ਸਿਆਪਾ, ਬੱਚੇ ਮਰਨ ਨਹਿਰੂ ਤੇਰੇ, ਬੱਚੇ ਮਰਨ ਗਾਂਧੀ ਤੇਰੇ। ਜੜਵਾਣੀਆਂ ਤੋਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਪੰਜਾਬ ਦੀ ਧਰਤੀ 'ਤੇ ਅੱਜ ਹਵਾਨੀਅਤ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਸੀ। ਅਤੇ ਇਹਨਾਂ ਹੀ ਦੰਗਿਆਂ ਦੀ ਆੜ ਵਿੱਚ ਕੁਝ ਕਮੀਨੇ ਲੋਕ ਆਪਣੀਆਂ ਦੁਸ਼ਮਣੀਆਂ ਕੱਢ ਰਹੇ ਸੀ ਅਤੇ ਕਈਆਂ ਨੇ ਰਲ ਕੇ ਇਸ ਕਮੀਨੇ ਦੌਰ ਦੇ ਅੰਦਰ
ਇਹਨਾਂ ਕਮੀਨੇ ਲੋਕਾਂ ਨੇ ਮਾੜੇ ਸਮੇਂ ਦੇ ਦੌੜੇ ਅੰਦਰ ਆਪਣੀਆਂ ਦੁਸ਼ਮਣੀਆਂ ਕੱਢੀਆਂ। ਇਲਮਦੀਨ ਦਾ ਪਰਿਵਾਰ ਵੀ ਪ੍ਰੇਮ ਲਾੜਕਿਆਂ ਦਾ ਨੇ ਸਾੜੇ ਦਾ ਸਾੜਾ ਹੀ ਫੂਕ ਦਿੱਤਾ। ਇਲਮਦੀਨ ਬਹੁਤ ਹੀ ਸਾਊ ਬੰਦਾ ਸੀ, ਸਾੜਾ ਪਿੰਡ ਉਹਦੀ ਇੱਜ਼ਤ ਕਰਦਾ ਸੀ, ਪਰ ਪ੍ਰੇਮ ਲਾ ਉਸ 'ਤੇ ਬਹੁਤ ਔਖਾ ਰਹਿੰਦਾ ਸੀ। ਅਸਲ ਵਿੱਚ ਗੱਲ ਇਹੋ ਸੀ ਕਿ ਕਿਹੜਾ ਆਪਣੀ ਵੱਡੀ ਕੁੜੀ ਦੇ ਵਿਆਹ 'ਤੇ ਪ੍ਰੇਮੀ ਨੇ ਇਲਮਦੀਨ ਤੋਂ ਵਿਆਹ 'ਤੇ ਪੈਸੇ ਲੈ ਲਏ ਅਤੇ ਸਾਲਾਂ ਤੱਕ ਮੋੜਨ ਦਾ ਇਕਰਾਰ ਹੀ ਨਾ ਕੀਤਾ, ਪਰ ਪਿੱਛੋਂ ਪ੍ਰੇਮੇ ਦੀ ਨੀਅਤ ਬੇਈਮਾਨ ਹੋ ਗਈ। ਇਲਮੇ ਨੇ ਕਈ ਵਾਰ ਪੈਸੇ ਮੰਗਣ 'ਤੇ ਵੀ ਪ੍ਰੇਮੇ ਨੇ ਲੱਤ ਨਹੀਂ ਲਾਈ, ਕਈ ਵਾਰ ਇਹਨਾਂ ਦੀ ਝੜਪ ਵੀ ਹੋ ਗਈ ਅਤੇ ਕਿਹੜਾ ਪ੍ਰੇਮੇ ਨੇ ਭਰੀ ਪੰਚਾਇਤ ਵਿੱਚ ਝੱਗਾ ਚੁੱਕ ਕੇ ਇਲਮੇ ਨੂੰ ਪੈਸੇ ਦੇਣ ਤੋਂ ਨਾ ਕਰ ਦਿੱਤੀ ਅਤੇ ਅੱਕੋ ਅਕਾਏ ਇਲਮਦੀਨ ਨੇ ਪ੍ਰੇਮੇ ਦੀ ਭਰੀ ਸੱਥ ਵਿੱਚ ਐਸਾ ਮਾਂਜਾ ਖੇੜਿਆ ਕਿ ਪ੍ਰੇਮ ਦਿਲ ਹੀ ਦਿਲ ਵਿੱਚ ਦੁਸ਼ਮਣੀ ਪਾਲ ਬੈਠਾ ਅਤੇ ਕਿਸੇ ਚੰਗੇ ਮੌਕੇ ਦੀ ਭਾਲ ਵਿੱਚ ਸੀ ਅਤੇ ਆਖਿਰ ਪ੍ਰੇਮੇ ਲਈ ਚੰਗਾ ਮੌਕਾ ਆ ਗਿਆ। ਜਦੋਂ ਉਸਨੂੰ ਪਤਾ ਲੱਗਿਆ ਕਿ ਪਾਕਿਸਤਾਨ ਬਣਨਾ ਹੈ ਅਤੇ ਇਲਮੇ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ, ਉਦੋਂ ਤਾਂ ਉਸਦੀਆਂ ਬਾਸ਼ਾਂ ਖਿਲੜ ਗਈਆਂ। ਉਸ ਹਾਲਤ ਵਿੱਚ ਉਹਨੇ ਪੱਖੀ ਹੁੰਦੇ ਨਜ਼ਰ ਆ ਰਹੇ ਸੀ, ਉਹ ਛੜਿਆਂ ਵੀ ਕਹਿਣ ਲੱਗਾ ਕਿ ਸਾਨੂੰ ਮੁਸਲਿਆਂ ਨਾਲੋਂ ਤਾਂ ਜ਼ਰੂਰ ਹੀ ਨਿਬੜਨਾ ਹੈ, ਜਿਹੜੀ ਇਹਨੇ ਮੇਰੀ ਭੜੀ ਸੱਤ ਵਿੱਚ ਬੇਇੱਜ਼ਤੀ ਕੀਤੀ ਉਹਦਾ ਪੂਰਾ ਹਿਸਾਬ ਲਊਂਗਾ, ਸੁੱਕਾ ਨਹੀਂ ਜਾਣ ਦਿੰਦਾ ਸਾਲੇ ਮਲੇਸ਼ ਨੂੰ। ਲੋਕ ਸਮਝਾਉਂਦੇ ਪ੍ਰੇਮੀਆਂ ਇਲਮਦੀਨ ਬੜਾ ਸਾਊ ਬੰਦਾ ਹੈ, ਵੇਖੀ ਕਿਤੇ ਐਵੇਂ ਲੋਕਾਂ ਨਾਲ ਜਾ ਜਾਂਦੀ ਨਾ ਕਰ ਦੇਵੀਂ, ਪਰ ਪ੍ਰੇਮੋ ਕਿਸੇ ਦੀ ਵੀ ਇੱਕ ਨਾ ਸੁਣਦਾ। ਇਲਮਦੀਨ ਦਾ ਪਰਿਵਾਰ ਵੀ ਦਿਲੋਂ ਘਬਰਾ ਰਿਹਾ ਸੀ, ਦੋ ਜਵਾਨ ਜਹਾਨ ਕੁੜੀਆਂ ਦੀ ਇੱਜ਼ਤ ਦਾ ਇਹਨਾਂ ਨੂੰ ਸਭ ਤੋਂ ਵੱਧ ਫਿਕਰ ਸੀ। ਅਜਮੇਰ ਦਾ ਪਰਿਵਾਰ ਇਲਮੇ ਹੁੜੇ ਨੂੰ ਹੌਸਲਾ ਦਿੰਦਾ ਰਹਿੰਦਾ, ਤੂੰ ਘਬਰਾ ਨਾ ਇਲਮਿਆਂ, ਇਸ ਕੁੱਤੇ ਲਾੜੇ ਦੀ ਮਾਂ ਦੀ, ਅਸੀਂ ਦੇਖ ਲਵਾਂਗੇ ਇਸ ਨੂੰ, ਜੇ ਦੇਵਾਂਗੇ ਤਾਂ ਬਹੁਤ ਹੀ ਤੈ ਹੈ ਕੀਤੀ ਅਤੇ ਸਾਡਾ ਪਿੰਡ ਤੇਰੇ ਨਾਲ ਹੈ, ਇਹਨੂੰ ਅਸੀਂ ਸਹੀ ਸਲਾਮਤ ਕੈਂਪ ਵਿੱਚ ਛੱਡ ਕੇ ਆਵਾਂਗੇ। ਅਜਮੇਰ ਨੇ ਇਲਮਦੀਨ ਨੂੰ ਧਰਾਸ ਦਿੰਦਿਆਂ ਕਿਹਾ, ਵਿਸ਼ਵਾਸ ਦਵਾਇਆ ਕਿ ਸਾਡਾ ਪਿੰਡ ਤੇਰੀ ਧੀਆਂ ਦੀ ਇੱਜ਼ਤ ਦੀ ਰਾਖੀ ਕਰੇਗਾ, ਜੜ ਮੈਨੂੰ ਤਾਂ ਹਰ ਧੀਆਂ ਦਾ ਬਾਲਾ ਡਰ ਹੈ, ਇੱਜ਼ਤ ਨਹੀਂ ਮਿਲਦੀ ਦੁਬਾਰਾ, ਹੋਰ ਸਭ ਕੁਝ ਮਿਲ ਜਾਂਦਾ ਏ ਜਹਾਨ ਅਤੇ ਨਾਲੇ ਪ੍ਰੇਮਾਂ ਸਾਲਾ ਲਗੌਰ ਦੀ ਇਕੱਠੀ ਕਰੀ ਫਿਰਦਾ ਏ, ਅੱਲਾ ਖੈਰ ਖੜੇ। ਇਲਮਦੀਨ ਨੇ ਆਪਣਾ ਡਰ ਜਾੜ ਕੀਤਾ, ਕੋਈ ਨਹੀਂ ਤੂੰ ਬਹੁਤਾ ਫਿਕਰ ਨਾ ਕਰ, ਤੁਸੀਂ ਕਿਹੜਾ ਥੋੜ੍ਹਾ ਬਹੁਤਾ ਸਮਾਨ ਜਿਹੜਾ ਬੰਨ ਲਿਓ ਸਰਪੰਚਾਂ ਦਾ ਸੀ ਕਿ ਕੱਲ੍ਹ ਰਾਤ ਨੂੰ ਪਿੰਡ ਦੇ ਸਾਰੇ ਮੁਸਲਮਾਨ ਪਰਿਵਾਰਾਂ ਨੂੰ ਹਫਾਜ਼ਤ ਦੇ ਨਾਲ ਕੈਂਪ ਤਾਂ ਹੀ ਛੱਡ ਕੇ ਆਵਾਂਗੇ, ਅਤੇ ਪਿੰਡ ਵਿੱਚ ਕੁੱਲ 20 ਦੇ ਕਰੀਬ ਮੁਸਲਮਾਨ ਪਰਿਵਾਰ ਸੀ, ਪਰ ਸਭ ਨੂੰ ਬਹੁਤ ਫਿਕਰ ਸੀ ਇਲਮੇ ਕੇ ਟੱਬਰ ਦਾ, ਕਿਉਂਕਿ ਉਸਦਾ ਵੈੜੀ ਪਿੰਡ ਵਿੱਚ ਮੌਜੂਦ ਸੀ। ਸਰਪੰਚ ਨੇ ਸਾਰੀ ਪੰਚਾਇਤ ਇਕੱਠੀ ਕਰਕੇ ਫੈਸਲਾ ਕੀਤਾ ਕਿ ਸਾਰੇ ਮੋਤਬਾਰ ਇਸ ਨੌਜਵਾਨ ਮੁਸਲਮਾਨ ਪਰਿਵਾਰਾਂ ਨੂੰ ਕੈਂਪਾਂ ਤੱਕ ਲੈ ਕੇ ਜਾਣਗੇ। ਇੱਥੇ ਪੰਚਾਇਤ ਵਿੱਚ ਇੱਕ ਬਾਹਮਣ ਪੰਚ ਵੀ ਸੀ, ਉਸਨੇ ਮੁਸਲਮਾਨਾਂ ਨੂੰ ਉਹ ਵੀ ਦਿਲੋਂ ਨਫ਼ਰਤ ਕਰਦਾ ਸੀ, ਉਸਨੇ ਸਾਰੀ ਗੱਲ ਜਾ ਕੇ ਪ੍ਰੇਮੀ ਨੂੰ ਜਾ ਦੱਸੀ। ਪ੍ਰੇਮੀਆਂ ਵੇਖ ਲਾ ਬਈ, ਜੇ ਆਪਣੇ ਹੁੰਦਿਆਂ ਪਿੰਡ ਵਿੱਚੋਂ ਇੱਕ ਵੀ ਮੁਸਲਾ ਜਿੰਦਾ ਨਿਕਲ ਗਿਆ ਤਾਂ ਆਪਣੀ ਤਾਂ ਕੌਮ ਦਾ ਨੱਕ ਵੱਢਿਆ ਜਾਊ, ਤੂੰ ਆਪਣੇ ਬੰਦਿਆਂ ਨੂੰ ਕੱਲ੍ਹ ਨੂੰ ਪਿਆਰ ਰੱਖੀ, ਸ਼ਿਵ ਭੋਲੇ ਦੀ ਕਿਰਪਾ ਨਾਲ ਸਾਰੇ ਮਲੇਸ਼ਾਂ ਦਾ ਭਸਮ ਕਰ ਦਿਆਂਗੇ। ਬਾਹਮਣ ਪੰਚ ਤੁਲਸੀ ਰਾਮ ਨੇ ਵੀ ਪ੍ਰੇਮੀ ਨੂੰ ਅਗਾਂਹ ਕੀਤਾ, ਉਹ ਤੂੰ ਫਿਕਰ ਨਾ ਕਰ ਪੰਡਤਾ, ਸਾਡੀਆਂ ਤਰਸੂਲਾਂ ਤਾਂ ਧਿਆਈਆਂ ਬੈਠੀਆਂ ਨੇ,
ਤੁੜਕਾਂ ਦੇ ਖੂਨ 'ਚ ਬਸ ਸਿੱਖੜਿਆਂ ਦਾ ਕੁਝ ਕਰਨਾ ਪਊ ਜਿਹੜੇ ਮੁਸਲਿਆਂ ਦੇ ਰਾਖੇ ਬਣੇ ਫਿਰਦੇ ਨੇ। ਮੈਨੂੰ ਲੱਗਦਾ ਨਾਲੇ ਇਹਨਾਂ ਨਾਲ ਵੀ ਦੋ ਦੋ ਹੱਥ ਕੱਢਣੇ ਹੀ ਪੈਣੇ ਹੈ। ਮੇਰੀਆਂ ਅੱਖਾਂ 'ਚ ਲੜਕਦੇ ਹੈ ਸਰਪੰਚ ਅਤੇ ਅਜਮੇਰ ਕਾ ਟੱਬੜ। ਪ੍ਰੇਮ ਇਲਮਦੀਨ ਦੇ ਨਾਲ ਨਾਲ ਸਰਪੰਚ ਗੁਰਦਿਆਲ ਸਿੰਘ ਅਤੇ ਅਜਮੇਰ ਸਿੰਘ ਦੇ ਪਰਿਵਾਰ ਨੂੰ ਵੀ ਪਾੜ ਬੁਲਾਉਣਾ ਚਾਹੁੰਦਾ ਸੀ ਕਿਉਂਕਿ ਇਹੀ ਦੋਵੇਂ ਗੁਰਸਿੱਖ ਪਰਿਵਾਰ ਮੁਸਲਮਾਨਾਂ ਦੇ ਪਰਿਵਾਰ ਲਈ ਦਾਖੀ ਦੇ ਡਟ ਕੇ ਖੜ੍ਹੇ ਸੀ ਅਤੇ ਇਸ ਨੂੰ ਅਗਲਾ ਭਾਗ ਬਹੁਤ ਛੇਤੀ ਆਪ ਜੀ ਦੀ ਸੇਵਾ ਵਿੱਚ ਲੈ ਕੇ ਆਵਾਂਗੇ। ਸੁਣਦੇ ਰਹੋ ਅਕਾਲ ਤਖ਼ਤ ਕਿਵੇਂ ਟੱਠਾ, ਪੰਜ ਸਦੀਆਂ ਦਾ ਵੈਰ ਇਸ ਬਾਹਮਣੀ ਲਾਣੇ ਨੇ ਸਿੱਖਾਂ ਕੋਲੋਂ ਕਿਵੇਂ ਲਿਆ ਅਤੇ ਅਗਲੇ ਭਾਗ ਵਿੱਚ ਇਸ ਤੋਂ ਅਗਲਾ ਹਾਲ ਲਿਆਵਾਂਗੇ। ਸਾਡੇ ਯੂਟਿਊਬ ਚੈਨਲ ਨਿਸ਼ਾਨ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ, ਬੈੱਲ ਲਾਈਕ ਵੀ ਕਰ ਲਿਓ ਤਾਂ ਕਿ ਭਾਗ ਤੁਹਾਡੇ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।